ਕਾਫੀ ਵਧੀਆ ਲੱਗਾ। ਮੇਰੀ ਫਸਟ ਜਿਹੜੀ ਕਲਾਸ ਲਗਾਈ ਸੀ ਸੁਨੀਤਾ ਮੈਮ ਨੇ ਲਗਾਈ ਸੀ, ਮੈਂ ਉਹਨਾਂ ਤੋਂ ਪੜ੍ਹੀ ਹੋਈ ਹਾਂ ਅਤੇ ਦੋ ਜਾਂ ਡੇਢ ਸਾਲ ਚਾਹੇ 3-3.5 ਸਾਲ ਹੋ ਗਏ ਇੱਥੇ ਪੋਰਟਰੇਟ ਦੇ ਵਿੱਚ। ਬੀ ਸੀ ਏ ਵੀ ਕਰਦੀ ਪਈ ਹਾਂ, ਉਹ ਵੀ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਪਈ ਆ। ਅਤੇ ਸਭ ਤੋਂ ਪਹਿਲਾਂ ਮੈਂ ਆਪਣਾ ਇੱਥੇ ਬੇਸਿਕ ਕੋਰਸ ਕੀਤਾ ਸੀ, ਉਸ ਤੋਂ ਬਾਅਦ ਰਕੇਸ਼ ਸਰ ਦੇ ਅਕੋਰਡਿੰਗ ਜਿੱਦਾਂ ਜਿੱਦਾਂ ਸਾਨੂੰ ਦੱਸੀ ਗਏ ਉੱਦਾਂ ਉੱਦਾਂ ਅਸੀਂ ਚੱਲੀ ਗਏ। ਫਿਰ ਸਰ ਨੇ ਕਲਾਸਿਸ ਲਗਾਈ ਜਾਣੀਆਂ, ਫਿਰ ਮੈਂ ਸੀ ਲੈਂਗੁਏਜ ਕੀਤੀ ਸੀ, ਸੀ ਪਲੱਸ ਪਲੱਸ ਕੀਤੀ ਸੀ, ਕਾਫੀ ਵਧੀਆ ਤਰੀਕੇ ਨਾਲ ਹੋਈ। ਖੁਦ ਤੇ ਸਾਡੇ ਅਸੀਂ ਏਬਲ ਨਹੀਂ ਹੁੰਦੇ ਕਿ ਖੁਦ ਕਰ ਸਕੀਏ ਸਾਰਾ ਕੁਛ, ਬਟ ਸਰ ਹੀ ਸੀਗੇ ਜਿਹੜੇ ਕਿ ਸਾਨੂੰ ਹੌਲੀ ਹੌਲੀ ਦੱਸਦੇ ਰਹਿੰਦੇ ਆ ਔਰ ਅਸੀਂ ਚੱਲਦੇ ਰਹਿੰਦੇ ਹਾਂ। ਹਾਂ, ਕਈ ਵਾਰ ਕਾਫੀ ਮਿਸਟੇਕਸ ਵੀ ਹੁੰਦੀਆਂ ਆ, ਦਾਣਾ ਵੀ ਪੈ ਜਾਂਦੀਆਂ, ਦੁੱਖ ਵੀ ਲੱਗਦਾ ਹੁੰਦਾ ਆ, ਜਿਹੜੇ ਸਾਨੂੰ ਮੋਟੀਵੇਟ ਕਰਦੇ ਆ ਕਿ ਕੋਈ ਨਹੀਂ ਹੁੰਦਾ ਆ। ਮੈਮ ਸੁਨੀਤਾ ਮੈਮ ਕਰਦੇ ਹੁੰਦੇ ਸੀ ਕਾਫੀ ਮੋਟੀਵੇਟ ਕਿ ਅਗਰ ਤੁਸੀਂ ਕੁਛ ਗਲਤ ਕੀਤਾ ਤਾਂ ਤੁਹਾਡੇ ਗਾਲਾਂ ਪਈਆਂ, ਅਤੇ ਤੁਸੀਂ ਮੰਨ ਲਓ ਤੁਸੀਂ ਕੁਛ ਤਾਂ ਕਰਦੇ ਪਏ, ਕੋਸ਼ਿਸ਼ ਤਾਂ ਕਰਦੇ ਪਏ। ਸੋ ਇੱਥੇ ਅਸੀਂ ਅੱਗੇ ਤੁਰੇ ਗਏ ਅਤੇ ਅੱਜ ਇੱਥੇ ਤੱਕ ਪਹੁੰਚ ਗਏ ਹਾਂ।